ਸਾਨੂੰ 27 ਸਾਲ ਹੋ ਗਏ ਜੀ ਫੁੱਲਾਂ ਦੀ ਖੇਤੀ ਕਰਦੇ ਨੂੰ ਉਹਦੇ ਚ ਗੈਂਦਾ ਗੁਲਾਬੀ ਗਲੈਂਡਰਸ ਜਿਪਸੋਫਿਲਾ ਸਟ੍ਰੈਟਸ ਕਈ ਤਰ੍ਹਾਂ ਦੇ ਫੁੱਲ ਨੇ ਉਹਦੇ ਚ ਗੁਲਾਬ ਵੀ ਆ ਅਸੀਂ ਲਾਉਂਦੇ ਸੀ ਗੁਲਾਬ ਨੂੰ ਅਸੀਂ ਫਰੈਸ਼ ਸੇਲ ਵੀ ਕਰਦੇ ਸੀਗੇ ਇਹ ਜਿਹੜਾ ਸੀ ਇਹਦਾ ਰੋਜ਼ ਵਾਟਰ ਤੇ ਰੋਜ਼ ਸ਼ਰਬਤ ਬਣਾਇਆ ਠੀਕ ਹੈ ਫੁੱਲ ਇੱਕੋ ਹੀ ਆ ਉਸ ਗੁਲਾਬ ਜਲ ਤੇ ਗੁਲਾਬ ਸ਼ਰਬਤ ਬਣਾਉਂਦੇ ਆ ਅਸੀਂ ਇਹ ਫਰੈਸ਼ ਪੈਟਲਸ ਦਾ ਜੂਸ ਕੱਟ ਕੇ ਜੂਸ ਪਾਇਆ ਹੋਇਆ ਜਿਹੜੇ ਸ਼ਰਬਤ ਨੇ ਉਹ ਸੈਂਸ ਬੇਸਡ ਨੇ ਚੀਨੀ ਦੇ ਵਿੱਚ ਸੈਂਸ ਪਾਇਆ ਆਪਾਂ ਨੇ ਇੱਕ ਸਵਾਦ ਬਣਾਤਾ ਆਪਾਂ ਨੇ ਪੀ ਲਿਆ ਉਹਦੇ ਵਿੱਚ ਲੈਣ ਦੇਣ ਨੂੰ ਕੁਛ ਨਹੀਂ ਹੈ ਜੂਸ ਬੇਸ ਹੋਣ ਕਰਕੇ ਇਹਨੂੰ ਸਰਦੀਆਂ 'ਚ ਵੀ ਪੀਤਾ ਜਾਂਦਾ ਇਹ ਵੀ ਸਾਨੂੰ ਕਸਟਮਰ ਫੀਡਬੈਕ ਆ ਫਿਰ ਅਸੀਂ ਉਹਨੂੰ ਚੈੱਕ ਕੀਤਾ ਇਹ ਜਿਹੜੀਆਂ ਖੇਤੀਆਂ ਨੇ ਫੁੱਲਾਂ ਦੀਆਂ ਹੋ ਗਈਆਂ ਸਬਜ਼ੀਆਂ ਦੇ ਮਜਬੂਰੀ ਹੈ ਦੀ ਖੇਤੀ ਨਹੀਂ ਹੈ ਸ਼ੌਂਕ ਦੀ ਹੈ ਜੀ ਸ਼ੌਂਕ ਨਾਲ ਆਪਾਂ ਕਰਾਂਗੇ ਤਾਂ ਹੀ ਆਪਾਂ ਕਾਮਯਾਬ ਹੋ ਸਕਦੇ ਬਹੁਤ ਸੋਹਣੀ ਗੱਲ ਕਹੀ ਚੰਗੀ ਚੀਜ਼ ਬਣਾਉਣੀ ਹੈ ਤਾਂ ਚੰਗੀ ਮਸ਼ੀਨਰੀ ਤੁਹਾਨੂੰ ਰੱਖਣੀ ਪਊਗੀ ਐ ਤਾਂ ਚਾਹੇ ਤੁਸੀਂ ਟੱਪਾਂ 'ਚ ਘੋਲ ਘੋਲ ਕੇ ਤੁਸੀਂ ਕੁਛ ਵੀ ਕੂੜ ਕਵਾੜ ਇਕੱਠਾ ਕਰੀ ਜਾਓ ਤੁਸੀਂ ਹੈ ਨਾ ਉਹਦਾ ਜਾਂ ਨਹੀਂ ਜੇ ਸਹੀ ਤਰੀਕੇ ਨਾਲ ਤੁਸੀਂ ਕਰਨੀ ਹੈ ਤੁਹਾਨੂੰ 15-20 ਲੱਖ ਰੁਪਏ ਦੀ 25 ਲੱਖ ਤੱਕ ਦੀ ਤੁਹਾਨੂੰ ਮਸ਼ੀਨਰੀ ਤੁਹਾਨੂੰ ਲਾਉਣੀ ਪੈਂਦੀ ਆ ਲਾ ਕੇ ਫਿਰ ਸਹੀ ਤਰੀਕੇ ਨਾਲ ਉਹਦਾ ਸਾਰਾ ਤਿਆਰ ਹੁੰਦਾ ਫਿਰ ਤੁਸੀਂ ਉਹਨੂੰ ਕਰ ਸਕਦੇ ਹੋ ਆਮ ਆਪਾਂ ਮੂੰਹੋਂ ਤੁਸੀਂ ਸੁਣ ਕੇ ਵੀ ਉਹ ਫਲਾਣਾ ਐਂ ਕਰ ਰਿਹਾ ਚਲੋ ਆਪਾਂ ਵੀ ਕਰ ਲਓ ਆਪਾਂ ਬਿਨਾਂ ਅੱਧੀ ਅਧੂਰੀ ਜਾਣਕਾਰੀ ਨਾਲ ਹੀ ਜਾਂ ਅੱਜ ਕੱਲ੍ਹ ਯੂਟਿਊਬ 'ਤੇ ਹਰੇਕ ਹੀ ਡਾਕਟਰ ਬਣਾਇਆ ਬੈਠਾ ਹੈ ਨਾ ਜੀ ਉੱਥੋਂ ਮਾੜਾ ਮੋਟਾ ਜਿਹਾ ਦੇਖ ਕੇ ਆਪਾਂ ਸ਼ੁਰੂ ਕਰ ਲੈਂਦੇ ਹਾਂ ਮੁੜ ਕੇ ਨੁਕਸਾਨ ਹੁੰਦਾ ਮੁੜ ਕੇ ਘਾਟਾ ਖਾ ਕੇ ਆਪਾਂ ਟ੍ਰੇਨਿੰਗ ਲੈਣ ਜਾਂਦੇ ਹਾਂ ਉਹ ਪਹਿਲਾਂ ਹੀ ਆਪਾਂ ਨੁਕਸਾਨ ਖਾ ਲੈਂਦੇ ਹਾਂ ਜਿਹੜੀ ਸ਼ੁਰੂਆਤ ਹੀ ਕਰਨੀ ਹੈ ਤੁਸੀਂ ਪੱਕੇ ਪੈਰੀ ਕਰੋ ਅਤੇ ਜੇ ਕਿਸੇ ਨੇ ਫੁੱਲਾਂ ਦੀ ਖੇਤੀ ਸਟਾਰਟ ਕਰਨੀ ਹੈ ਤਾਂ ਸਾਰਿਆਂ ਨਾਲੋਂ ਪਹਿਲਾਂ ਅੱਧਾ ਪੌਣਾ ਕਿਲੋ ਗੈਂਦੇ ਦਾ ਲਾਵੇ ਜੋ ਇੱਕ ਪੰਗਾ ਹੁੰਦੀ ਹੈ ਜੀ ਜਦ ਤੱਕ ਤੁਸੀਂ ਉਹਦੇ ਚ ਕਾਮਯਾਬ ਨਹੀਂ ਹੁੰਦੇ ਕਾਮਯਾਬ ਨਹੀਂ ਜੇ ਤੁਹਾਨੂੰ ਫਿੱਟ ਬਹਿ ਗਿਆ ਤੁਸੀਂ ਅੱਗੇ ਵੱਧ ਜਾਓ ਜੇ ਤੁਹਾਨੂੰ ਨਹੀਂ ਫਿੱਟ ਬੈਠਿਆ ਤੁਸੀਂ ਇੱਕ ਸਟੈਪ ਪਿੱਛੇ ਹੋ ਜਾਓ ਕੋਈ ਹੋਰ ਟਰਾਈ ਕਰ ਲਓ ਫੁੱਲਾਂ ਦੀ ਗੱਲ ਕਰੀਏ ਤਾਂ ਫੁੱਲ ਬਾਗ ਦੇ ਵਿੱਚ ਲੱਗੇ ਹੋਏ ਸੋਹਣੇ ਲੱਗਦੇ ਨੇ ਫੁੱਲ ਮਹਿਕਾਉਂਦੇ ਨੇ ਘਰ ਬਾਰ ਨੂੰ ਪਰ ਕੀ ਫੁੱਲਾਂ ਦੇ ਨਾਲ ਖੇਤੀ ਕਰਕੇ ਇੱਕ ਵਧੀਆ ਚੀਜ਼ ਬਣਾਈ ਜਾ ਸਕਦੀ ਹੈ ਇੱਕ ਅਜਿਹੇ ਕਿਸਾਨ ਦੇ ਨਾਲ ਅਸੀਂ ਮਿਲੇ ਹਾਂ ਜੋ ਫੁੱਲਾਂ ਦੀ ਪ੍ਰੋਸੈਸਿੰਗ ਕਰਕੇ ਫੁੱਲਾਂ ਦੀ ਖੇਤੀ ਕਰਕੇ ਉਸਦੀ ਪ੍ਰੋਸੈਸਿੰਗ ਕਰਕੇ ਬਹੁਤ ਸਾਰੀਆਂ ਚੀਜ਼ਾਂ ਬਣਾ ਰਹੇ ਨੇ ਆਓ ਗੱਲਬਾਤ ਕਰਦੇ ਉਹਨਾਂ ਦੇ ਨਾਲ ਪਹਿਲਾਂ ਆਪਣਾ ਨਾਂ ਦੱਸ ਦਿਓ ਗੁਰਪ੍ਰੀਤ ਸਿੰਘ ਸ਼ੇਰਗਿੱਲ ਜੀ ਪਟਿਆਲੇ ਤੋਂ ਮੰਜਾਲ ਖੁਰਦ ਪਿੰਡ ਹੈ ਜੀ ਆਪਾਂ ਜੀ ਗੁਰਪ੍ਰੀਤ ਜੀ ਇਹ ਆਈਡੀਆ ਬੜਾ ਵਧੀਆ ਹੈ ਕਿਉਂਕਿ ਫੁੱਲਾਂ ਨੂੰ ਜ਼ਿਆਦਾਤਰ ਅਸੀਂ ਦੇਦੇ ਕਿ ਘਰ ਨੂੰ ਸਜਾਉਣ ਵਾਸਤੇ ਇਸਤੇਮਾਲ ਕਰਦੇ ਹਾਂ ਨਾ ਤੇ ਤੁਸੀਂ ਇਹਦੀ ਖੇਤੀ ਕਰਕੇ ਆਪਣਾ ਬਿਜ਼ਨਸ ਸ਼ੁਰੂ ਕਰ ਲਿਆ ਦੱਸੋ ਕਿ ਕਿਵੇਂ ਤੁਹਾਡੇ ਜ਼ਿਹਨ ਦੇ ਵਿੱਚ ਆਈਡੀਆ ਆਇਆ ਇਹਦੇ ਬਾਬਤ ਨਹੀਂ ਜ਼ਿਹਨ ਵਾਲੀ ਗੱਲ ਹੈ ਜੀ ਸਾਨੂੰ 27 ਸਾਲ ਹੋ ਗਏ ਜੀ ਫੁੱਲਾਂ ਦੀ ਖੇਤੀ ਕਰਦੇ ਨੂੰ ਉਹਦੇ ਚ ਗੈਂਦਾ ਗੁਲਾਬੀ ਗਲੈਂਡਰਸ ਜਿਪਸੋਫਿਲਾ ਸਟ੍ਰੈਟਸ ਕਈ ਤਰ੍ਹਾਂ ਦੇ ਫੁੱਲ ਨੇ ਉਹਦੇ ਚ ਗੁਲਾਬ ਵੀ ਆ ਅਸੀਂ ਲਾਉਂਦੇ ਸੀ ਗੁਲਾਬ ਨੂੰ ਅਸੀਂ ਫਰੈਸ਼ ਸੇਲ ਹੀ ਕਰਦੇ ਸੀਗੇ ਪਹਿਲਾਂ ਪਰ ਕੁਛ ਟਾਈਮ ਇਹੋ ਜਿਹਾ ਆਉਂਦਾ ਵੀ ਜਦੋਂ ਵਿਆਹਾਂ ਦਾ ਸੀਜ਼ਨ ਨਹੀਂ ਹੁੰਦਾ ਜਾਂ ਫੁੱਲ ਆਉਣ ਦਾ ਕਾਫੀ ਜ਼ਿਆਦਾ ਹੁੰਦਾ ਤੇ ਸਾਡਾ ਉਹਦੇ ਵਿੱਚ ਫੁੱਲ ਕਾਫੀ ਜ਼ਿਆਦਾ ਹੋ ਜਾਂਦਾ ਸੀ ਤੇ ਉਹਦੀ ਡਿਮਾਂਡ ਨਹੀਂ ਸੀ ਹੁੰਦੀ ਤੇ ਉਹ ਦੇਖਦੇ ਹੋਏ ਅਸੀਂ PIU ਨਾਲ ਗੱਲ ਕੀਤੀ ਹੋਰ ਡਿਪਾਰਟਮੈਂਟ ਨਾਲ ਹਾਰਟੀਕਲਚਰ ਨਾਲ ਗੱਲ ਕਰਕੇ ਅਸੀਂ ਇਹਦਾ ਪ੍ਰੋਸੈਸਿੰਗ ਯੂਨਿਟ ਲਾਇਆ ਠੀਕ ਹੈ ਜੀ ਤੇ ਇਹ ਜਿਹੜਾ ਸੀ ਇਹਦਾ ਰੋਜ਼ ਵਾਟਰ ਤੇ ਰੋਜ਼ ਸ਼ਰਬਤ ਬਣਾਇਆ ਠੀਕ ਹੈ ਫੁੱਲ ਇੱਕੋ ਹੀ ਆ ਉਸ ਗੁਲਾਬ ਜਲ ਤੇ ਗੁਲਾਬ ਸ਼ਰਬਤ ਬਣਾਉਂਦੇ ਆ ਅਸੀਂ ਇਹ ਫਰੈਸ਼ ਪੈਟਲਸ ਦਾ ਜੂਸ ਕੱਟ ਕੇ ਜੂਸ ਪਾਇਆ ਹੋਇਆ ਜੋ ਡਿਫਰੈਂਟ ਆ ਚਾਹੇ ਵਰਲਡ ਵਾਈਡ ਮੋਸਟਲੀ ਜਿਹੜੇ ਸ਼ਰਬਤ ਨੇ ਉਹ ਸੈਂਸ ਬੇਸਡ ਨੇ ਚੀਨੀ ਦੇ ਵਿੱਚ ਸੈਂਸ ਪਾਇਆ ਆਪਾਂ ਨੇ ਇੱਕ ਸਵਾਦ ਬਣਾਤਾ ਆਪਾਂ ਨੇ ਪੀ ਲਿਆ ਉਹਦੇ ਵਿੱਚ ਲੈਣ ਦੇਣ ਨੂੰ ਕੁਛ ਨਹੀਂ ਹੈ ਪਰ ਇਹਦੇ ਵਿੱਚ ਗੁਲਾਬ ਪਾਉਣ ਕਰਕੇ ਗੁਲਾਬ ਦੀਆਂ ਪ੍ਰੋਪਰਟੀਜ਼ ਸ਼ਰਬਤ 'ਚ ਆ ਜਾਂਦੀਆਂ ਨੇ ਤੇ ਉਹ ਆਪਾਂ ਨੂੰ ਠੰਡਕ ਵੀ ਦਿੰਦਾ ਆਪਾਂ ਨੂੰ ਫਰੈਸ਼ਨੈਸ ਵੀ ਦਿੰਦਾ ਜੇ ਗੁਲਾਬ ਹੋਊ ਤਾਂ ਉਹਦੀ ਕੋਈ ਪ੍ਰੋਪਰਟੀ ਹੋਊ ਉਹਦੇ 'ਚ ਜੇ ਸੈਂਸ 'ਚ ਕੁਛ ਨਹੀਂ ਹੈ ਜਸਟ ਇੱਕ ਟੇਸਟ ਆ ਤੇ ਉਸ ਹਿਸਾਬ ਨਾਲ ਅਸੀਂ ਇਹਨੂੰ ਤਿਆਰ ਕੀਤਾ ਜਿਹੜਾ ਰੋਜ਼ ਵਾਟਰ ਆ ਉਹ ਵੀ ਅਸੀਂ ਉਸੇ ਗੁਲਾਬ ਦਾ ਬਣਾਇਆ ਉਹ ਅਸੀਂ ਫੇਸ ਤੇ ਲਾ ਕੇ ਉਹਨੂੰ ਉਹ PH ਸੈੱਟ ਕਰਦਾ ਜਿਵੇਂ ਆਪਣੇ ਫੇਸ ਤੇ ਖੁਸ਼ਕੀ ਆਉਂਦੀ ਆ ਜਾਂ ਚਿਕਨਾਈ ਆਉਂਦੀ ਆ ਉਹਨੂੰ ਸੈੱਟ ਕਰਦਾ ਤੇ ਇਸ ਹਿਸਾਬ ਨਾਲ ਅਸੀਂ ਇਹਨੂੰ ਤਿਆਰ ਕੀਤਾ ਤੇ ਬਹੁਤ ਵਧੀਆ ਡਿਮਾਂਡ ਆ ਇਹ ਜੂਸ ਬੇਸ ਹੋਣ ਕਰਕੇ ਇਹਨੂੰ ਸਰਦੀਆਂ 'ਚ ਵੀ ਪੀਤਾ ਜਾਂਦਾ ਇਹ ਵੀ ਸਾਨੂੰ ਕਸਟਮਰ ਫੀਡਬੈਕ ਆ ਫਿਰ ਅਸੀਂ ਉਹਨੂੰ ਚੈੱਕ ਕੀਤਾ ਵੀ ਇਹਨੂੰ ਗਰਮ ਦੁੱਧ 'ਚ ਵੀ ਪਾ ਕੇ ਆਪਾਂ ਪੀਓ ਜਿਹੜੇ ਹੁਣ ਸਾਡੇ ਕਸਟਮਰ ਨੇ ਉਹ ਰਾਊਂਡ ਦਾ ਈਅਰ ਯੂਜ਼ ਕਰਦੇ ਆ ਅੱਛਾ ਜੀ ਤੇ ਕਈਆਂ ਦਾ ਤਾਂ ਵਿਚਾਰਿਆਂ ਦਾ ਅਸੀਂ ਖਰਚਾ ਵੀ ਵਧਾਤਾ ਕਿ ਉਹ ਬੱਚੇ ਜਿਹੜੇ ਨਹੀਂ ਵੀ ਦੁੱਧ ਪੀਂਦੇ ਸੀ ਉਹ ਵੀ ਪੀਣ ਲੱਗੇ ਠੀਕ ਹੈ ਤੇ ਫਿਰ ਉਹਨਾਂ ਨੂੰ ਇੱਕ ਟੈਨਸ਼ਨ ਵੀ ਰਹਿੰਦੀ ਆ ਉਹ ਕਹਿੰਦੇ ਵੀ ਜਿੱਦਣ ਸਾਡਾ ਇਹ ਖਤਮ ਹੋ ਜਾਂਦਾ ਬੱਚੇ ਦੁੱਧ ਨਹੀਂ ਪੀਂਦੇ ਹਨ ਵੀ ਪਹਿਲਾਂ ਉਹ ਲਿਆਓ ਪਾ ਕੇ ਪੀਣਾ ਤੇ ਕੋਈ ਚੰਗੀ ਚੀਜ਼ ਬਣਾਵਾਂਗੇ ਤਾਂ ਉਹਦੀ ਡਿਮਾਂਡ ਆਉਂਦੀ ਆ
ਹੁਣ ਤੁਸੀਂ ਕਿਹਾ ਕਿ ਬਹੁਤ ਲੰਮੇ ਅਰਸੇ ਤੋਂ ਤੁਸੀਂ ਫੁੱਲਾਂ ਦੀ ਖੇਤੀ ਕਰ ਰਹੇ ਸੀ ਹਨਾ ਜ਼ਿਆਦਾਤਰ ਜਿਹੜਾ ਸੀਜ਼ਨ ਹੈ ਤਿਉਹਾਰਾਂ ਦੇ ਵਿੱਚ ਹੀ ਫੁੱਲਾਂ ਦਾ ਇਸਤੇਮਾਲ ਹੁੰਦਾ ਸੀ ਹੁਣ ਇੱਥੋਂ ਤੁਸੀਂ ਇਹਦੀ ਟ੍ਰੇਨਿੰਗ ਲਈ ਪੀਏਯੂ ਤੋਂ ਟ੍ਰੇਨਿੰਗ ਦੇ ਵਾਸਤੇ ਕਿਵੇਂ ਤੁਸੀਂ ਇਹਨਾਂ ਦੇ ਨਾਲ ਕੰਟੈਕਟ ਕੀਤਾ ਕਿਉਂਕਿ ਇੱਕ ਜਾਣਕਾਰੀ ਹੋਣੀ ਬਹੁਤ ਜ਼ਰੂਰੀ ਹੈ ਵੀ ਮੈਂ ਪੀਏਯੂ ਨਾਲ ਜੀ ਬਹੁਤ ਸ਼ੁਰੂ ਤੋਂ ਹੀ ਜ਼ਿਆਦਾ ਫੁੱਲਾਂ ਦੀ ਖੇਤੀ ਕਰ ਰਿਹਾ ਪੀਏਯੂ ਨਾਲ ਮੈਂ ਜੁੜਿਆ ਹੋਇਆ ਯੂਨੀਵਰਸਿਟੀ ਦਾ ਮੈਂ ਤਾਂ ਐਕਸਟੈਂਸ਼ਨ ਕੌਂਸਲ ਦਾ ਮੈਂਬਰ ਵੀ ਰਿਹਾ ਹੁਣ ਸਾਡੀ ਜਿਹੜੀ ਫੁੱਲਾਂ ਦੀ ਸਾਰੇ ਪੰਜਾਬ ਦੇ ਪੈਦਾਵਾਰ ਕਰਦੇ ਆ ਫਲਾਵਰ ਗਰੋਅਰ ਆ ਮੈਂ ਉਹਦਾ ਪ੍ਰੈਜ਼ੀਡੈਂਟ ਵੀ ਹਾਂ ਜੀ ਇਸ ਟਾਈਮ ਸਾਡੇ ਸਾਰੇ ਪੰਜਾਬ ਦੇ ਫਾਰਮਰ ਸਾਡੇ ਨਾਲ ਜੁੜੇ ਹੋਏ ਨੇ ਤੇ ਅਸੀਂ ਆਪਦਾ ਗਰੁੱਪ ਬਣਾਇਆ ਹੋਇਆ ਸਾਡੀ 3-4 ਮਹੀਨੇ ਮਗਰੋਂ ਆਈ 3-4 ਮਹੀਨੇ ਮਗਰੋਂ ਸਾਡੀ ਇੱਥੇ ਮੀਟਿੰਗ ਹੁੰਦੀ ਹੈ ਪੀਏ ਵਿੱਚ ਤੇ ਅਸੀਂ ਕਿਸੇ ਕੋਈ ਨਵਾਂ ਟੈਕਨੀਕ ਹੈ ਕੋਈ ਨਵੀਂ ਚੀਜ਼ ਹੈ ਜਾਂ ਕੋਈ ਪ੍ਰੋਬਲਮਸ ਆ ਰਹੀਆਂ ਫੁੱਲਾਂ ਵਾਲਿਆਂ ਨੂੰ ਉਹ ਅਸੀਂ ਮਸਲਾ ਹੱਲ ਕਰਦੇ ਹਾਂ ਉਹਨਾਂ ਦੇਖ ਕੇ ਵੀ ਕਿਵੇਂ ਉਹਨੂੰ ਸੁਧਾਰਿਆ ਜਾ ਸਕਦਾ ਕਿ ਕੋਈ ਨਵੀਂ ਬਿਮਾਰੀ ਆਉਂਦੀ ਆ ਜਾਂ ਕੋਈ ਚੱਲ ਰਹੀ ਆ ਜਾਂ ਕੋਈ ਨਵਾਂ ਫਾਰਮਰ ਲੱਗਦਾ ਉਹਨੂੰ ਨਹੀਂ ਪਤਾ ਉਹ ਸਾਰੀ ਜਾਣਕਾਰੀ ਉਹਨਾਂ ਨੂੰ ਮਿਲਦੀ ਆ ਤੇ ਐਵੇਂ ਮੇਰੀ ਫਾਰਮਰਸ ਨੂੰ ਵੀ ਇਹੀ ਉਮੀਦ ਆ ਪੀਏਯੂ ਨਾਲ ਜੁੜੋ ਜਿਹੜੇ ਪੀਏਯੂ ਤੱਕ ਦੂਰ ਨੇ ਆਪਣੇ ਹਰੇਕ ਸ਼ਹਿਰ ਦੇ ਵਿੱਚ KVK ਆ ਕ੍ਰਿਸ਼ੀ ਵਿਗਿਆਨ ਕੇਂਦਰ ਆ ਕ੍ਰਿਸ਼ੀ ਵਿਗਿਆਨ ਕੇਂਦਰਾਂ 'ਚ ਜਾਓ ਉੱਥੋਂ ਹਰ ਤਾਂ ਉਹ ਐਕਸਟੈਂਸ਼ਨ ਹੀ ਆ ਆਪਣੀ ਪੀਏਯੂ ਦੀ ਹਰ ਤਰ੍ਹਾਂ ਦੀ ਤੁਹਾਨੂੰ ਉਹਦੇ 'ਚ ਜਾਣਕਾਰੀ ਮਿਲਦੀ ਆ ਤੇ ਆਪੇ ਆਪਾਂ ਅੱਗੇ ਵਧਾਂਗੇ ਜੇ ਇੱਕ ਸਹੀ ਜਾਣਕਾਰੀ ਸਹੀ ਬੰਦੇ ਤੋਂ ਸਹੀ ਜਾਣਕਾਰੀ ਲੈ ਕੇ ਸਹੀ ਤਰੀਕੇ ਨਾਲ ਸ਼ੌਂਕ ਨਾਲ ਕੰਮ ਕਰਾਂਗੇ ਇਹ ਜਿਹੜੀਆਂ ਖੇਤੀਆਂ ਨੇ ਫੁੱਲਾਂ ਦੀਆਂ ਹੋ ਗਈਆਂ ਸਬਜ਼ੀਆਂ ਦੇ ਇਹ ਮਜਬੂਰੀ ਦੀ ਖੇਤੀ ਨਹੀਂ ਹੈ ਸ਼ੌਂਕ ਦੀ ਹੈ ਜੀ ਸ਼ੌਂਕ ਨਾਲ ਆਪਾਂ ਕਰਾਂਗੇ ਬਹੁਤ ਸੋਹਣੀ ਗੱਲ ਕਹੀ ਤੁਸੀਂ ਕਿ ਜ਼ਿਆਦਾਤਰ ਕਿਸਾਨ ਮੁਨਾਫਾ ਕਮਾਉਣ ਵਾਸਤੇ ਨਾ ਖੇਤੀ ਕਰਦਾ ਹੈ ਮੁਨਾਫਾ ਕਮਾਓ ਪਰ ਇੱਕ ਇਹ ਹੁੰਦਾ ਨਾ ਕਿ ਅੱਗੇ ਵਧਣਾ ਔਰ ਗਰੋਥ ਵਾਸਤੇ ਸਿਖਲਾਈ ਲੈਣੀ ਬਹੁਤ ਸਾਰੀਆਂ ਚੀਜ਼ਾਂ ਮੈਟਰ ਕਰਦੀਆਂ ਨੇ ਖੇਤੀ ਨੂੰ ਅੱਗੇ ਤਾਂ ਹੀ ਵਧਾਇਆ ਜਾ ਸਕਦਾ ਕਿ ਜੇ ਤੁਸੀਂ ਨੌਲੇਜ ਲੈਂਦੇ ਰਹੋ ਹੈਨਾ ਇਹਦੀ ਸਿਖਲਾਈ ਲੈਂਦੇ ਰਹੋ ਹੁਣ ਤੁਸੀਂ ਪ੍ਰੋਸੈਸਿੰਗ ਦੀ ਸਿਖਲਾਈ ਲਈ ਉਸ ਤੋਂ ਬਾਅਦ ਤੁਸੀਂ ਕਈ ਮਸ਼ੀਨਾਂ ਵੀ ਸਥਾਪਿਤ ਕੀਤੀਆਂ ਹੋਣਗੀਆਂ ਉਹਨਾਂ ਦੇ ਬਾਰੇ ਦੱਸੋ ਕਿੰਨਾ ਕੁ ਖਰਚਾ ਪੈ ਜਾਂਦਾ ਹੈ ਨਹੀਂ ਖਰਚਾ ਪੈਂਦਾ ਜੀ ਆਖਿਰ ਜੇ ਕੋਈ ਚੀਜ਼ ਚੰਗੀ ਚੀਜ਼ ਬਣਾਉਣੀ ਹੈ ਤਾਂ ਚੰਗੀ ਮਸ਼ੀਨਰੀ ਤੁਹਾਨੂੰ ਰੱਖਣੀ ਪਊਗੀ ਐ ਤਾਂ ਚਾਹੇ ਤੁਸੀਂ ਟੱਪਾਂ 'ਚ ਘੋਲ ਘੋਲ ਕੇ ਤੁਸੀਂ ਕੁਛ ਵੀ ਊੜ ਕਵਾੜ ਇਕੱਠਾ ਕਰੀ ਜਾਓ ਤੁਸੀਂ ਹੈ ਨਾ ਉਹਦਾ ਜਾਂ ਨਹੀਂ ਜੇ ਸਹੀ ਤਰੀਕੇ ਨਾਲ ਤੁਸੀਂ ਕਰਨੀ ਆ ਤੁਹਾਨੂੰ 15-20 ਲੱਖ ਰੁਪਏ ਦੀ 25 ਲੱਖ ਤੱਕ ਦੀ ਤੁਹਾਨੂੰ ਮਸ਼ੀਨਰੀ ਤੁਹਾਨੂੰ ਲਾਉਣੀ ਪੈਂਦੀ ਆ ਲਾ ਕੇ ਫਿਰ ਸਹੀ ਤਰੀਕੇ ਨਾਲ ਉਹਦਾ ਸਾਰਾ ਤਿਆਰ ਹੁੰਦਾ ਫਿਰ ਤੁਸੀਂ ਉਹਨੂੰ ਕਰ ਸਕਦੇ ਹੋ ਮਤਲਬ ਕਹਿਣ ਦਾ ਕਿ ਕੋਈ ਵੀ ਮਤਲਬ ਉਦਯੋਗ ਤੁਸੀਂ ਚਲਾਉਣਾ ਚਾਹੁੰਦੇ ਹੋ ਕਾਰੋਬਾਰ ਚਲਾਉਣਾ ਚਾਹੁੰਦੇ ਹੋ ਤਾਂ ਤੁਹਾਨੂੰ ਪਹਿਲਾਂ ਸਿਖਲਾਈ ਲੈਣੀ ਪੈਣੀ ਹੈ ਕਿਉਂਕਿ ਅੱਗੇ ਜਿਹੜੀ ਜਿਹੜੇ ਕਾਮੇ ਕੰਮ ਕਰ ਰਹੇ ਨੇ ਉਹਨਾਂ ਨੂੰ ਵੀ ਕੁਝ ਨੌਲੇਜ ਦੇਣੀ ਪੈਣੀ ਹੈ ਬਿਲਕੁਲ ਬਿਲਕੁਲ ਜੀ ਸਾਰਿਆਂ ਨਾਲੋਂ ਪਹਿਲਾਂ ਤੁਹਾਨੂੰ ਆਪ ਆਉਂਦਾ ਹੋਊਗਾ ਤਾਂ ਤੁਸੀਂ ਅੱਗੇ ਕੰਮ ਨੂੰ ਦੱਸ ਸਕਦੇ ਹੋ ਜੇ ਤੁਹਾਨੂੰ ਆਪ ਹੀ ਨਹੀਂ ਆਉਂਦਾ ਤੁਸੀਂ ਕਿਸੇ ਨੂੰ ਅੱਗੇ ਕਿਵੇਂ ਦੱਸੋਗੇ ਕਿਵੇਂ ਕਰੋਗੇ ਤੇ ਆਮ ਆਪਾਂ ਮੂੰਹੋਂ ਤੁਸੀਂ ਸੁਣ ਕੇ ਵੀ ਉਹ ਫਲਾਣਾ ਐਂ ਕਰ ਰਿਹਾ ਚਲੋ ਆਪਾਂ ਵੀ ਕਰ ਲਓ ਆਪਾਂ ਬਿਨਾਂ ਅੱਧੀ ਅਧੂਰੀ ਜਾਣਕਾਰੀ ਨਾਲ ਹੀ ਜਾਂ ਅੱਜ ਕੱਲ੍ਹ ਯੂਟਿਊਬ ਤੇ ਹਰੇਕ ਹੀ ਡਾਕਟਰ ਬਣਾਇਆ ਬੈਠਾ ਹਨਾ ਜੀ ਉੱਥੋਂ ਮਾੜਾ ਮੋਟਾ ਜਿਹਾ ਦੇਖ ਕੇ ਆਪਾਂ ਸ਼ੁਰੂ ਕਰ ਲੈਂਦੇ ਹਾਂ ਮੁੜ ਕੇ ਨੁਕਸਾਨ ਹੁੰਦਾ ਮੁੜ ਕੇ ਘਾਟਾ ਖਾ ਕੇ ਆਪਾਂ ਟ੍ਰੇਨਿੰਗ ਲੈਣ ਜਾਂਦੇ ਹਾਂ ਉਹ ਪਹਿਲਾਂ ਹੀ ਆਪਾਂ ਨੁਕਸਾਨ ਖਾ ਲੈਂਦੇ ਹਾਂ ਜਿਹੜੀ ਸ਼ੁਰੂਆਤ ਹੀ ਕਰਨੀ ਹੈ ਤੁਸੀਂ ਪੱਕੇ ਪੈਰੀ ਕਰੋ ਸਹੀ ਤਰੀਕੇ 'ਚ ਕਰੋ ਫਿਰ ਤੁਸੀਂ ਕਾਮਯਾਬ ਹੋ ਸਕਦੇ ਹੋ ਜੇ ਐਵੇਂ ਦੇਖੋ ਦੇਖੀ ਚੱਲ ਕੇ ਕੁਛ ਨਹੀਂ ਹੁੰਦਾ ਪ੍ਰੋਪਰ ਪਹਿਲਾਂ ਉਹਦੀ ਪੂਰੀ ਜਾਣਕਾਰੀ ਲਓ ਵੀ ਕੀ ABC ਕੀ ਆ ਕਿੰਨੀ ਕੁ ਲੰਮੀ ਸਿਖਲਾਈ ਸੀਗੀ ਜੋ ਤੁਸੀਂ ਲਈ ਸੀ ਇਹਦੇ 'ਚ ਜੀ ਹਫ਼ਤੇ ਦਾ ਹੁੰਦਾ ਕੋਈ ਮਹੀਨੇ ਦਾ ਹੁੰਦਾ ਅੱਡ ਕੋਰਸ ਹੁੰਦੇ ਨੇ ਇੱਥੇ ਸਕਿੱਲ ਡਿਵੈਲਪਮੈਂਟ ਜਿਹੜਾ ਸੈਂਟਰ ਹੈਗਾ ਉੱਥੇ ਉਹਨਾਂ ਕੋਲ ਸਾਰੀ ਲਿਸਟ ਹੁੰਦੀ ਆ ਵੀ ਕਿਹੜੀ ਚੀਜ਼ ਦੀ ਕਦੋਂ ਤੁਸੀਂ ਟ੍ਰੇਨਿੰਗ ਮਿਲਣੀ ਆ ਹਰੇ ਉਹ ਜਿਹੜੀ ਤੁਹਾਨੂੰ ਲੋੜ ਆ ਉੱਥੋਂ ਤੁਸੀਂ ਪਤਾ ਕਰਕੇ ਉਸ ਡੇਟ ਤੇ ਤੁਸੀਂ ਆ ਕੇ ਆਪਦਾ ਨਾਮ ਦਰਜ ਕਰਵਾ ਕੇ ਟ੍ਰੇਨਿੰਗ ਲੈ ਸਕਦੇ ਹੋ ਅੱਛਾ ਇੱਕ ਵਾਰ ਟ੍ਰੇਨਿੰਗ ਲਈ ਤਾਂ ਕੰਮ ਬਣ ਜਾਂਦਾ ਕਿ ਸਮੇਂ ਸਮੇਂ ਤੇ ਟ੍ਰੇਨਿੰਗਸ ਲਗਾਉਣੀਆਂ ਪੈਂਦੀਆਂ ਨੇ ਨਹੀਂ ਜੇ ਤੁਸੀਂ ਅਪਡੇਟ ਕਰਨੀ ਆ ਕੋਈ ਚੀਜ਼ ਤਾਂ ਤੁਹਾਨੂੰ ਕਰਨਾ ਹੀ ਪਊਗਾ ਨਾ ਜੀ ਤੇ ਜਾਣਕਾਰੀ ਲੈਣੀ ਪਊਗੀ ਹੁਣ ਚਾਹੇ ਉਹਦੇ ਪ੍ਰੋਫੈਸਰ ਲੱਗੇ ਹੋਏ ਨੇ ਅੱਛਾ ਜੀ ਹਨਾ ਟੀਚਰ ਨੇ ਕਿੰਨੇ ਸਾਲ ਪੁਰਾਣੇ ਟੀਚਰ ਨੇ ਪਰ ਟੀਚਰਾਂ ਦੀ ਵੀ ਅੱਗੇ ਟ੍ਰੇਨਿੰਗ ਲੱਗਦੀ ਆ ਕੋਈ ਨਵੀਂ ਬੀਜ ਆ ਗਿਆ ਕੋਈ ਨਵਾਂ ਇਨਸੈਕਟੀਸਾਈਡ ਆ ਗਿਆ ਜਾਂ ਕੋਈ ਨਵੀਂ ਕਿਸੇ ਤਰ੍ਹਾਂ ਦੀ ਕੋਈ ਫੰਗਸ ਆ ਗਈ ਕੋਈ ਬਿਮਾਰੀ ਆ ਗਈ ਉਹਨੂੰ ਕਿਵੇਂ ਕੰਟਰੋਲ ਕਰਨਾ ਇਹਦਾ ਅਪਡੇਸ਼ਨ ਜ਼ਰੂਰੀ ਆ ਟੀਚਰਾਂ ਦੀ ਵੀ ਦੇਖੋ ਹੁੰਦੀ ਆ ਆਪਾਂ ਤਾਂ ਫਿਰ ਸਿਖਲਾਈ ਲੈਣ ਵਾਲੇ ਆ ਟ੍ਰੇਨਿੰਗ ਸਿਖਲਾਈ ਦੇਣ ਵਾਲਿਆਂ ਦੀ ਵੀ ਹੁੰਦੀ ਆ ਕਈ ਵੱਖ ਵੱਖ ਖੇਤੀਆਂ ਕਿਸਾਨ ਕਰਦੇ ਨੇ ਜੇਕਰ ਉਹ ਮਨ ਬਦਲਣਾ ਚਾਹਣ ਫੁੱਲਾਂ ਵਾਲੀ ਖੇਤੀ ਵੱਲ ਆਉਣਾ ਚਾਹਣ ਤਾਂ ਉਹਨਾਂ ਨੂੰ ਕੀ ਸੁਨੇਹਾ ਦਿਓਗੇ ਮੈਂ ਠੀਕ ਆ ਆਉਣਾ ਚਾਹੀਦਾ ਪਰ ਥੋੜੇ ਰਕਬੇ ਤੋਂ ਆਉਣ ਆਪਦਾ ਏਰੀਆ ਦੇਖ ਕੇ ਕਿਉਂ ਇਹਨੂੰ ਰੇਤਲੀ ਜ਼ਮੀਨ ਚਾਹੀਦੀ ਆ ਪਾਣੀ ਠੀਕ ਚਾਹੀਦਾ ਦੇਖ ਕੇ ਵੀ ਤੁਹਾਨੂੰ ਮਾਰਕੀਟ ਕਿਹੜੀ ਨੇੜੇ ਪੈਂਦੀ ਆ ਕਿਹੜਾ ਤੁਸੀਂ ਫੁੱਲ ਲਾ ਸਕਦੇ ਹੋ ਤੁਹਾਨੂੰ ਲੇਬਰ ਦੀ ਅਵੇਲੇਬਿਲਟੀ ਤੁਹਾਡੇ ਕੋਲ ਕਿੰਨੀ ਆ ਅੱਛਾ ਕਿਉਂਕਿ ਕਣਕ ਜੀਰੀ ਤੋਂ ਛੱਡ ਕੇ ਜਿੰਨੇ ਵੀ ਦੂਜੇ ਧੰਦੇ ਹੈਗੇ ਉਹਨਾਂ 'ਚ ਲੇਬਰ ਇਨਸੈਂਟਿਵ ਆ ਲੇਬਰ ਦਾ ਖਰਚਾ ਜ਼ਿਆਦਾ ਲੇਬਰ ਦੀ ਇਨਵੋਲਵਮੈਂਟ ਜ਼ਿਆਦਾ ਕਿਉਂਕਿ ਇਹਨਾਂ ਚੀਜ਼ਾਂ ਦੀ ਉਨੀ ਮਸ਼ੀਨੀਕਰਨ ਨਹੀਂ ਹੋਇਆ ਅੱਛਾ ਜੀ ਤੇ ਕਣਕ ਜੀਰੀ 'ਚ ਬਹੁਤ ਮਸ਼ੀਨੀਕਰਨ ਆ ਬਹੁਤ ਛੇਤੀ ਕੰਮ ਸ਼ੁਰੂ ਹੁੰਦਾ ਤੇ ਕੰਮ ਛੇਤੀ ਖਤਮ ਹੋ ਜਾਂਦਾ
पर ए सारा कुछ चीज देख के ते जे किसी ने फुला की खेती स्टार्ट करनी है तो सारे ना पहला अद्धा पौना किलो गेंदे का लावे ठीक है ते सही टाइम ते लावे जिम्मे सितंबर अक्टूबर च लगता वाला लावे गर्मियों वाला भी कई बार नुकसान हो जाता है इनसैक्ट ज्यादा आता मीह नेरी ज्यादा आँदी है ते जे सही टाइम ते लैके सही शुरुआत करोगे तो टाइम लंघ दे कोई पता नहीं लगता बहुत छेती लंघ जाता ते पहला आपां इक छोटी स्टेप आपां कामयाबी वल वध गए तो फिर आपां लंबे लंघ जांदे आं जे पहले ही आपां निशान चल लिया तो फिर आपां उत्थे वापस कणके जी दे बहुत वधिया गल कही कि हर चीज सिखलाई लैके करो है ना छोटे रकबे तो शुरू करो तां जे मुनाफा भी हो रहा सानूं पता लगे कि आने वाले टाइम च केड़ी चीजां असीं नहीं करनी वध मुनाफा होवे गल ऐ वी कोई भी चीज आ उह इक पंगा हुंदी है जी जद तक तुसीं उहदे च कामयाब नहीं होंदे कामयाब नहीं जे तुहानूं फिट बह गया तुसीं अगे वध जाओ जे तुहानूं नहीं फिट बैठा तो एक स्टेप पिछे हो जाओ कोई होर ट्राई कर लो ते हरेक बंदे दी आपदी कैपेसिटी हुंदी आ वी ओह किन्ना कर सकदा किवें कर सकदा किसे नूं माहवादी किसे नूं सवादी जी ओह चीज इक ही हुंदी आ किसे नूं फिट बह जांदा किसे नूं नहीं बहुत सोहणी गल इन्हां ने कही है कि हर काम जिहड़ा पहले पंगा हुंदा और जे पंगा लै लो ते कामयाब हो गए तो फिर ओह इक सफलता दे विच बदल जांदा अजय किसान भी ने जिन्होंने छोटे छोटे रकबे तो खेती शुरू की है और बहुत अगे तक गए हैं अजय किसानों के नाल तुहानू मिलवा रहे हैं सिरलेख के नाल तुसी बने रहना।